ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਪੈਟਸ ਐਂਡ ਐਨੀਮਲ ਬਲੌਗ ਦੇ ਉੱਤੇ। ਜਿਨ੍ਹਾਂ ਦੋਸਤਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ, ਤਾਂ ਜੋ ਅਸੀਂ ਪਸ਼ੂਆਂ ਸੰਬੰਧੀ ਵੀਡੀਓ ਹੈਗੀਆਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਦੋਸਤੋ, ਅੱਜ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹਾਂ ਜੀ। ਆਪਾਂ ਗੱਲ ਕਰਾਂਗੇ ਅੱਜ ਵੀ ਜਦੋਂ ਆਪਣਾ ਜਿਹੜਾ ਹੈਗਾ ਪਸ਼ੂ ਮੱਝ ਆ ਚਾਹੇ ਉਹ ਗਾਂ ਗੀ, ਜਦੋਂ ਉਹ ਸੂ ਪੈਂਦੀ ਹੈ, ਬੱਚਾ ਦੇ ਦਿੰਦੀ ਹੈ, ਤਾਂ ਉਸ ਤੋਂ ਬਾਅਦ ਬੱਚੇ ਦੀ ਕੀ ਕੇਅਰ ਹੁੰਦੀ ਆ, ਆਪਾਂ ਉਸ ਬੱਚੇ ਬਾਰੇ ਅੱਜ ਕੁਛ ਕੁ ਗੱਲਾਂ ਕਰਾਂਗੇ। ਠੀਕ ਹੈ, ਜਿਵੇਂ ਕਿ ਤੁਹਾਨੂੰ ਮੈਂ ਦੱਸਣ ਲੱਗਿਆ ਕਿ ਹਫ਼ਤੇ ਦੀ ਉਮਰ ਤੋਂ ਪਹਿਲਾਂ ਬਛੜੂ ਦਾ ਮੇਦਾ ਬਹੁਤ ਹੀ ਸਧਾਰਨ ਕਿਸਮ ਦਾ ਹੁੰਦਾ ਹੈ, ਅਤੇ ਉਸਦਾ ਜਿਹੜਾ ਰੂਮਨ ਹੁੰਦਾ, ਜਿਹਨੂੰ ਆਪਾਂ ਵੱਡਾ ਪੇਟ ਵੀ ਕਹਿ ਦਿੰਦੇ ਹੁੰਦੇ, ਜਿਵੇਂ ਵੱਡੇ ਪਸ਼ੂਆਂ ਦੇ ਵਿੱਚ ਰੂਮਨ ਨੂੰ ਵੱਡਾ ਪੇਟ ਕਿਹਾ ਜਾਂਦਾ ਹੈ, ਉਹ ਬਹੁਤ ਛੋਟਾ ਹੁੰਦਾ ਅਤੇ ਕਾਰਗਰ ਵੀ ਨਹੀਂ ਹੁੰਦਾ। ਮੇਦੇ ਦਾ ਇੱਕ ਹੋਰ ਹਿੱਸਾ ਹੁੰਦਾ ਜਿਹਨੂੰ ਆਪਾਂ ਅਬੋਸਮ ਕਹਿੰਦੇ ਹਾਂ, ਉਹ ਕਾਫ਼ੀ ਵੱਡਾ ਹੁੰਦਾ ਜਦੋਂ ਬੱਚਾ ਛੋਟਾ ਹੁੰਦਾ, ਜਿਹੜਾ ਦੁੱਧ ਅਤੇ ਕੁਝ ਹੋਰ ਕਿਸਮ ਦੇ ਸੌਖੇ ਹਜ਼ਮ ਹੋਣ ਵਾਲੇ ਅੰਸ਼ਾਂ ਨੂੰ ਹਜ਼ਮ ਕਰਨ ਵਿੱਚ ਕਾਰਗਰ ਹੈ। ਉਹ ਸਿਰਫ ਇਕੱਲੇ ਦੁੱਧ ਨੂੰ ਹੀ ਹਜ਼ਮ ਕਰ ਸਕਦਾ ਗਾ, ਹੋਰ ਚੀਜ਼ਾਂ ਨੂੰ ਬਹੁਤ ਘੱਟ ਕਰਦਾ ਗਾ, ਪਰ ਹਰਾ ਜਾਂ ਚਾਰਾ ਜਿਵੇਂ ਸੁੱਕਾ ਹੋ ਗਿਆ, ਇਹਨਾਂ ਨੂੰ ਹਜ਼ਮ ਹੀ ਨਹੀਂ ਕਰਦਾ ਗਾ। ਇਸ ਲਈ ਛੋਟੇ ਬੱਛੜਾਂ ਦੀ ਖੁਰਾਕ ਜ਼ਿਆਦਾਤਰ ਦੁੱਧ 'ਤੇ ਆਧਾਰਿਤ ਹੁੰਦੀ ਹੈ, ਪਰ ਦੁੱਧ ਦੇ ਨਾਲ ਇੱਕ ਖਾਸ ਕਿਸਮ ਦੀ ਜਿਹੜੀ ਵੰਡ, ਜਿਹਨੂੰ ਆਪਾਂ ਕਾਫ ਸਟਾਰਟਰ ਵੀ ਕਹਿ ਦਿੰਦੇ ਹਾਂ, ਉਹ ਦਿੱਤਾ ਜਾ ਸਕਦਾ ਗਾ, ਜਿਸ ਨਾਲ ਖਰਚਾ ਵੀ ਘੱਟਦਾ ਅਤੇ ਵਛੜੂ ਦੀ ਜਿਹੜੀ ਸਰੀਰਕ ਵਿਕਾਸ ਆ ਉਹ ਵੀ ਬਹੁਤ ਚੰਗਾ ਹੁੰਦਾ ਗਾ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ, ਜਿਹੜਾ ਜਦੋਂ ਸੂਣ ਤੋਂ ਬਾਅਦ ਜਿਹੜੀ ਬੌਲੀ ਹੁੰਦੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ, ਉਹਦੇ ਵਿੱਚ ਤੁਸੀਂ ਟਾਈਮ ਨਾ ਲਾਓ, ਉਹ ਛੇਤੀ ਛੇਤੀ ਜਿਹੜਾ ਹੈਗਾ ਬੱਚੇ ਨੂੰ ਦੇ ਦਿਓ। ਵਛੜੂ ਨੂੰ ਪਹਿਲੇ 1-2 ਘੰਟੇ ਵਿੱਚ ਹੀ ਮਾਂ ਦੀ ਬੌਲੀ ਪਿਲਾ ਦਿਓ। ਬੌਲੀ ਵਿੱਚ ਕੁਝ ਅਜਿਹੇ ਤੱਤ ਹੁੰਦੇ ਨੇ ਜਿਹੜੇ ਵਛੜੂ ਨੂੰ ਬਿਮਾਰੀ ਦਾ ਟਾਕਰਾ ਕਰਨ ਦੀ ਸ਼ਕਤੀ ਦਿੰਦੇ ਨੇ। ਜੇ ਬੌਲੀ ਪਿਲਾਉਣ ਵਿੱਚ ਦੇਰੀ ਹੋ ਜਾਏ ਤਾਂ ਇਹ ਐਂਟੀਬਾਡੀਜ਼ ਅੰਤੜੀਆਂ ਵਿੱਚ ਜਜ਼ਬ ਨਹੀਂ ਹੋ ਸਕਦੀ। ਇਸ ਲਈ ਗਾਂ ਦੀ ਜੇਰ ਗਿਰਨ ਦਾ ਇੰਤਜ਼ਾਰ ਨਾ ਕਰੋ ਅਤੇ ਬੌਲੀ ਛੇਤੀ ਤੋਂ ਛੇਤੀ ਪਿਆ ਦਿਓ। ਪਹਿਲੇ 2 ਘੰਟੇ ਵਿੱਚ 3 ਕਿਲੋ ਤੱਕ ਬੌਲੀ ਪਿਲਾਓ ਅਤੇ ਉਸ ਤੋਂ ਬਾਅਦ ਵੀ 4 ਦਿਨ ਤੱਕ ਰੋਜ਼ ਦੀ 4-5 ਕਿਲੋ ਪਿਲਾਓ। ਐਂਟੀਬਾਡੀਜ਼ ਤੋਂ ਇਲਾਵਾ ਬੌਲੀ ਵਿੱਚ ਚੰਗੀ ਕਿਸਮ ਦੇ ਪ੍ਰੋਟੀਨ, ਫੈਟ ਅਤੇ ਵਿਟਾਮਿਨਸ ਅਤੇ ਕੁਝ ਧਾਤਾਂ ਵੀ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਹੁੰਦੀਆਂ ਨੇ, ਜਿਹੜੇ ਵਛੜੂ ਦੇ ਲਈ ਬਹੁਤ ਲਾਭਦਾਇਕ ਹੁੰਦੇ ਨੇ। ਬੌਲੀ ਦੀ ਬਣਤਰ ਬੜੀ ਤੇਜ਼ੀ ਨਾਲ ਬਦਲਦੀ ਹੈ ਅਤੇ 3-4 ਦਿਨ ਵਿੱਚ ਹੀ ਆਮ ਦੁੱਧ ਵਰਗੀ ਹੋ ਜਾਂਦੀ ਹੈ। ਫਾਲਤੂ ਬੌਲੀ ਜਮਾ ਕੇ ਰੱਖੀ ਜਾ ਸਕਦੀ ਹੈ। ਬੱਚੀ ਨੂੰ ਪਿਲਾਉਣ ਵਾਲਾ ਦੁੱਧ ਬਿਲਕੁਲ ਜਿਹੜਾ ਹੁੰਦਾ ਉਹ ਸਾਫ਼ ਹੋਣਾ ਚਾਹੀਦਾ, ਠੀਕ ਆ, ਅਤੇ ਉਹ ਪੂਰੀ ਤਰ੍ਹਾਂ ਮਤਲਬ ਜਿਹੜਾ ਹੈਗਾ ਉਹ ਸਫਾਈ ਹੋਵੇ ਉਹਦੀ, ਇਸਦਾ ਤਾਪਮਾਨ ਵੀ ਠੀਕ ਹੋਵੇ ਜਿਵੇਂ 37-38 ਜਿਹੜਾ ਸੈਲਸੀਅਲ ਹੋਵੇ। ਬਿਹਤਰ ਹੈ ਕਿ ਚਵਾਈ ਤੋਂ ਤੁਰੰਤ ਬਾਅਦ ਸਾਫ਼ ਭਾਂਡੇ ਦੇ ਵਿੱਚ ਪਾ ਕੇ ਉਹ ਪਿਆਇਆ ਜਾਵੇ। ਕਈ ਦੇਸ਼ਾਂ ਵਿੱਚ ਤਾਂ ਕੇਵਲ ਜਿਵੇਂ ਹੁੰਦੀਆਂ ਪੈਸਚੁਰਾਈਜ਼ ਦੀ ਜਿਹੜੀ ਹੈਗੀ ਆ ਉਹ ਵਰਤੋਂ ਜਿਹੜਾ ਹੈਗਾ ਦੁੱਧ ਉਹ ਵਰਤਿਆ ਜਾਂਦਾ ਹੈਗਾ, ਜਿਸ ਨਾਲ ਬਿਮਾਰੀ ਦਾ ਖਤਰਾ ਹੋਰ ਵੀ ਘੱਟ ਜਾਂਦਾ। ਪਹਿਲੇ 15-20 ਦਿਨ ਦੁੱਧ 4 ਕਿਲੋ ਪ੍ਰਤੀ ਦਿਨ ਤੋਂ ਘੱਟ ਨਾ ਹੋਵੇ, ਬਾਅਦ ਵਿੱਚ ਕਾਫ ਸਟਾਰਟਰ ਦੀ ਜਿਹੜੀ ਖਪਤ ਹੈਗੀ ਆ ਖਪਤ ਦੇ ਅਨੁਸਾਰ ਦੁੱਧ ਘਟਾਉਣਾ ਸ਼ੁਰੂ ਕਰ ਸਕਦੇ ਹੋ। ਤੁਸੀਂ 1 ਕਿਲੋ ਦੁੱਧ 160 ਗ੍ਰਾਮ ਵੰਡ ਦੇ ਸਕਦੇ ਹੋ। ਆਮ ਤੌਰ 'ਤੇ 2 ਮਹੀਨੇ ਤੋਂ ਬਾਅਦ ਦੁੱਧ ਦੀ ਲੋੜ ਨਹੀਂ ਰਹਿੰਦੀ, ਪਰ ਜੇ ਵਛੜੂ ਦੀ ਸਿਹਤ ਵਿੱਚ ਕੋਈ ਕਮੀ ਲੱਗਦੀ ਹੈ ਤਾਂ ਦੁੱਧ ਕੁਝ ਹੋਰ ਦਿਨਾਂ ਤੱਕ ਤੁਸੀਂ ਦੇ ਸਕਦੇ ਹੋ। ਜੇ ਤੁਸੀਂ ਨਿੱਪਲ ਦੇ ਨਾਲ ਦੁੱਧ ਪਿਉਣੇ ਹੋ ਤਾਂ ਉਹ ਵੀ ਬਹੁਤ ਚੰਗਾ ਗਾ, ਨਿੱਪਲ ਨਾਲ ਦੁੱਧ ਪਿਉਣਾ ਵੀ ਬਹੁਤ ਸਹੀ ਰਹਿੰਦਾ ਗਾ। ਨਿੱਪਲ ਵਾਲੀ ਬੋਤਲ ਨਾਲ ਦੁੱਧ ਪਿਲਾਉਣ ਨਾਲ ਦੁੱਧ ਮੇਦੇ ਦੇ ਸਹੀ ਹਿੱਸੇ ਦੇ ਵਿੱਚ ਪਹੁੰਚਦਾ ਹੈ, ਜਿਹੜਾ ਕਿ ਐਬੋਮੇਸਮ ਹੈ, ਠੀਕ ਹੈ, ਜਦੋਂ ਕਿ ਉਹ ਬੱਚੇ ਦੇ ਛੋਟਾ ਪੇਟ ਹੁੰਦਾ ਗਾ, ਅਤੇ ਉਹ ਪਰ ਜਦੋਂ ਬੱਚਾ ਛੋਟਾ ਹੁੰਦਾ ਉਹ ਹਮੇਸ਼ਾ ਵੱਡਾ ਹੁੰਦਾ। ਉਦੋਂ ਚੁੰਗਣੀ ਨਾਲ ਵਛੜੂ ਦੇ ਮੂੰਹ ਵਿੱਚ ਥੁੱਕ ਵੀ ਜ਼ਿਆਦਾ ਪੈਦਾ ਹੁੰਦਾ ਗਾ ਜੇ ਖੁਰਾਕ ਚੰਗੀ ਤਰ੍ਹਾਂ ਹਜ਼ਮ ਹੋ ਜਾਂਦੀ ਹੈ, ਠੀਕ ਹੈ। ਜੇ ਦੁੱਧ ਨੂੰ ਖੁੱਲ੍ਹੇ ਭਾਂਡੇ ਵਿੱਚ ਪਿਲਾਉਣਾ ਤਾਂ ਭਾਂਡਾ ਵਛੜੂ ਦੇ ਮੂੰਹ ਦੀ ਉਚਾਈ 'ਤੇ ਰੱਖਣਾ ਚਾਹੀਦਾ, ਨਾ ਕਿ ਬਿਲਕੁਲ ਜ਼ਮੀਨ ਦੀ ਪੱਧਰ 'ਤੇ। ਕਾਫ ਸਟਾਰਟਰ ਦੀ ਵਰਤੋਂ ਜ਼ਰੂਰ ਕਰੋ, ਇਹ ਵੰਡ 4-5 ਦਿਨ ਦੀ ਉਮਰ ਤੋਂ ਸ਼ੁਰੂ ਕਰ ਦਿਓ, ਕਿਉਂਕਿ ਕਾਫ ਸਟਾਰਟਰ ਦੁੱਧ ਦਾ ਬਦਲ ਹੈ। ਇਸ ਨੂੰ ਖਰੀਦਣ ਜਾਂ ਆਪ ਬਣਾਉਣ ਵੇਲੇ ਪੂਰਾ ਧਿਆਨ ਰੱਖੋ ਕਿ ਇਸ ਵਿੱਚ ਬੱਚੀ ਨੂੰ ਲੋੜੀਂਦੇ ਸਾਰੇ ਜਿਹੜੇ ਖੁਰਾਕੀ ਤੱਤ ਆ ਉਹ ਸਹੀ ਮਾਤਰਾ ਵਿੱਚ ਆਸਾਨੀ ਨਾਲ ਹਜ਼ਮ ਹੋਣ ਵਾਲੇ ਹੋਣ। ਪ੍ਰੋਟੀਨ, ਫੈਟ, ਕਾਰਬੋਹਾਈਡਰੇਟ ਦੇ ਧਾਤਾਂ ਤੋਂ ਇਲਾਵਾ ਇਸ ਵਿੱਚ ਵਿਟਾਮਿਨ ਏ, D3 ਅਤੇ ਬੀ ਕੰਪਲੈਕਸ, ਜਿਹੜੇ ਕਿ ਉਹਨੂੰ ਭੁੱਖ ਵਾਸਤੇ ਬਹੁਤ ਵਧੀਆ ਹੁੰਦੇ ਆ, ਇਹ ਜ਼ਰੂਰੀ ਹੈ। ਇਹ ਵਛੜੂ ਨੂੰ ਖਾਣ ਨੂੰ ਵੀ ਇਹ ਚੰਗੀ ਲੱਗਦੀ ਆ। ਜਿਹੜਾ ਇਹ ਕਾਫ ਸਟਾਰਟਰ ਹੁੰਦਾ ਉਹ ਗੋਲੀਆਂ ਦੇ ਰੂਪ ਦੇ ਵਿੱਚ ਹੋਣਾ ਚਾਹੀਦਾ, ਛੋਟੀ ਜਿਹੜੀ ਉਹਦੀ ਗੋਲੀ ਹੈਗੀ ਆ ਉਹ ਹੋਣੀ ਚਾਹੀਦੀ ਆ। ਵੰਡ ਵਿੱਚ ਇੱਕ ਵੱਖਰੇ ਭਾਂਡੇ ਦੇ ਵਿੱਚ ਵਛੜੂ ਨੂੰ ਹਰ ਵੇਲੇ ਉਪਲਬਧ ਹੋਵੇ, ਤਾਂ ਜੋ ਉਹ ਜਦੋਂ ਉਹਨੂੰ ਜੀ ਕਰੇ ਜਦੋਂ ਉਹਦੀ ਮਰਜ਼ੀ ਨਾਲ ਉਹ ਖਾ ਸਕਦਾ ਹੋਵੇ। ਕਾਫ ਸਟਾਰਟਰ ਦੀ ਖਪਤ ਕੁਝ ਗ੍ਰਾਮਾਂ ਤੋਂ ਸ਼ੁਰੂ ਹੋ ਕੇ ਲਗਾਤਾਰ ਵੱਧਦੀ ਜਾਵੇਗੀ। ਆਮ ਤੌਰ 'ਤੇ 6-7 ਹਫ਼ਤੇ ਵਿੱਚ 800 ਗ੍ਰਾਮ ਪ੍ਰਤੀ ਦਿਨ ਤੋਂ ਵੱਧ ਹੋ ਜਾਏਗੀ। ਜਿਉਂ ਜਿਉਂ ਵੰਡ ਖਾਣ ਦੀ ਦਰ ਵੱਧਦੀ ਹੈ, ਵਛੜੂ ਨੂੰ ਦੁੱਧ ਉਸੇ ਅਨੁਪਾਤ ਨਾਲ ਘਟਾਉਂਦੇ ਜਾਓ। ਜਦੋਂ ਵਛੜੂ ਲਗਾਤਾਰ 2-3 ਦਿਨ ਤੱਕ 850-900 ਗ੍ਰਾਮ ਰੋਜ਼ ਦਾ ਜਿਹੜੀ ਹੈਗੀ ਆ ਖੁਰਾਕ ਆ ਸਟਾਰਟਰ ਉਹ ਖਾ ਲਏ ਤਾਂ ਦੁੱਧ ਬਿਲਕੁਲ ਬੰਦ ਕਰ ਦਿਓ। ਸਾਫ਼ ਤਾਜ਼ਾ ਪਾਣੀ ਹਰ ਵੇਲੇ ਉਹਦੇ ਕੋਲ ਉਪਲਬਧ ਰੱਖੋ। ਵਛੜੂ ਨੂੰ
ਪਾਣੀ ਦੀ ਸ਼ੁਰੂ ਤੋਂ ਹੀ ਲੋੜ ਹੈ, ਭਾਵੇਂ ਉਸ ਨੂੰ ਦੁੱਧ ਵੀ ਪਿਲਾਇਆ ਜਾ ਰਿਹਾ ਹੈ। ਸਾਫ਼ ਤਾਜ਼ਾ ਪਾਣੀ ਵੱਖਰੇ ਭਾਂਡੇ ਦੇ ਵਿੱਚ ਹਰ ਵੇਲੇ ਉਪਲਬਧ ਕਰੋ। ਕੁਝ ਮਿੱਥੇ ਸਮੇਂ ਲਈ ਪਾਣੀ ਪਿਲਾਉਣ ਵਾਲੀ ਪੁਰਾਣੀ ਰੀਤੀ ਠੀਕ ਨਹੀਂ। ਹਮੇਸ਼ਾ ਉਹਦੇ ਕੋਲ ਪਾਣੀ ਜਿਹੜਾ ਉਪਲਬਧ ਰੱਖਿਆ ਜਾਵੇ, ਉਹ ਪਾਣੀ ਬਹੁਤ ਜ਼ਿਆਦਾ ਠੰਡਾ ਜਾਂ ਗਰਮ ਨਾ ਹੋਵੇ। ਚਾਰਾ ਜਿਹੜਾ ਹੈਗਾ ਉਹ 7-8 ਹਫ਼ਤੇ ਦੀ ਉਮਰ ਤੋਂ ਪਹਿਲਾਂ ਨਹੀਂ ਦੇਣਾ ਚਾਹੀਦਾ। ਖੋਜਾਂ ਨੇ ਸਿੱਧ ਕਰਤਾ ਕਿ ਪਹਿਲਾਂ ਹਰਾ ਜਾਂ ਸੁੱਕਾ ਚਾਰਾ ਦੇਣ ਨਾਲ ਬਛੜੂ ਦੇ ਵਿਕਾਸ 'ਤੇ ਬਣਤਰ ਦੀ ਮਾੜਾ ਅਸਰ ਪੈਂਦਾ ਹੈਗਾ। ਇਸ ਤੋਂ ਮਗਰੋਂ ਜਿਹੜਾ ਜੇਕਰ ਆਪਾਂ ਉਹਦੀ ਕੁਛ ਸਮੇਂ ਤੋਂ ਬਾਅਦ ਉਹਨੂੰ ਸ਼ੁਰੂ ਕਰਾਂਗੇ ਤਾਂ ਫਿਰ ਚਾਰਾ ਉਹਦਾ ਲਾਭਦਾਇਕ ਵੀ ਹੈਗਾ ਗਾ। ਚਾਰਾ ਚੰਗੀ ਕੁਆਲਿਟੀ ਦਾ ਹੋਵੇ, ਰਾਈਕਾ, ਲੂਸਰਨ, ਬਰਸੀਮ, ਜਮੀ ਇਹ ਤੁਸੀਂ ਵਰਤ ਸਕਦੇ ਹੋ। ਜਮੀ ਦਾ ਮੱਕੀ ਦਾ ਜਿਹੜਾ ਚਾਰ ਹੁੰਦਾ ਉਹ ਵੀ ਬਹੁਤ ਵਧੀਆ ਗਾ। ਤੂੜੀ ਜਾਂ ਪਰਾਲੀ ਬਿਲਕੁਲ ਨਹੀਂ ਦੇਣੀ ਚਾਹੀਦੀ ਤਾਂ ਕਿਉਂਕਿ ਉਹ ਉਹਦੇ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦੀ ਗੀ। ਜਿਵੇਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਉਮਰ ਦੇ ਹਿਸਾਬ ਨਾਲ ਅਤੇ ਉਹਨੂੰ ਦੁੱਧ ਦੇਣਾ ਜਾਂ ਫੀਡ ਚਾਰਾ, ਇਹ ਤੁਹਾਨੂੰ ਮੈਂ ਦੱਸ ਦੇਣਾ ਇਹਦੇ ਬਾਰੇ ਥੋੜ੍ਹਾ ਜਿਹਾ। ਜਿਵੇਂ ਜੇ ਇੱਕ ਦਿਨ ਦਾ ਹੈਗਾ ਤਾਂ 2-3 ਕਿਲੋ ਬੌਲੀ, ਠੀਕ ਹੈ, 1-2 ਘੰਟੇ ਵਿੱਚ ਪਹਿਲੀ ਜਿਹੜੀ ਹੈਗੀ ਤੁਸੀਂ ਦੇਣੀ ਹੈਗੀ ਆ, ਫਿਰ 2-3 ਕਿਲੋ 8-10 ਘੰਟਿਆਂ ਦੇ ਵਿੱਚ ਦੇਣੀ ਹੈਗੀ ਆ। ਪਹਿਲੀ 2-3 ਕਿਲੋ 1-2 ਘੰਟਿਆਂ ਦੇ ਵਿੱਚ, ਜਿਹੜੀ ਮਗਰਲੀ ਦੇਣੀ ਹੈਗੀ ਆ 2-3 ਕਿਲੋ ਉਹ ਦੇਣੀ ਆ 8-10 ਘੰਟਿਆਂ ਦੇ ਵਿੱਚ। ਕੋਈ ਉਹਨੂੰ ਫੀਡ ਨਹੀਂ ਦੇਣੀ ਉਦੋਂ ਹੈਗੀ, ਪਹਿਲੇ ਦਿਨ ਦਾ ਜਦੋਂ ਨਾ ਕੋਈ ਚਾਰਾ ਨਾ ਕੋਈ ਪਾਣੀ। ਫਿਰ ਜਦੋਂ 2 ਤੋਂ ਲੈ ਕੇ 4 ਦਿਨ ਦਾ ਹੋ ਜਾਂਦਾ ਗਾ, ਫਿਰ ਹੈਗਾ 2.5 ਕਿਲੋ ਦੁੱਧ, ਮੰਨ ਲਓ ਸਵੇਰੇ 2.5 ਕਿਲੋ ਸ਼ਾਮ ਨੂੰ, ਠੀਕ ਹੈ ਜੀ, ਬੌਲੀ ਜਿਹੜੀ ਦੇਣੀ ਹੈਗੀ ਤਾਜ਼ਾ ਪਾਣੀ ਰੱਖਣਾ ਹੈਗਾ। ਜਦੋਂ 5 ਤੋਂ ਲੈ ਕੇ 20 ਦਿਨਾਂ ਦਾ ਹੋ ਜਾਂਦਾ, ਫਿਰ 2 ਕਿਲੋ ਦੁੱਧ ਸਵੇਰੇ 2 ਸ਼ਾਮ ਨੂੰ, ਠੀਕ ਹੈ ਜੀ। ਕਾਫ ਸਟਾਰਟਰ ਤੁਸੀਂ ਹਰ ਵੇਲੇ ਦੇ ਸਕਦੇ ਹੋ, ਚਾਰਾ ਕੋਈ ਨਹੀਂ ਦੇਣਾ ਹੈਗਾ, ਤਾਜ਼ਾ ਪਾਣੀ ਹਰ ਵੇਲੇ ਦੇ ਸਕਦੇ ਹੋ। ਜਦੋਂ 21 ਤੋਂ ਲੈ ਕੇ 30 ਦਿਨਾਂ ਦਾ ਹੋ ਜੇ ਤਾਂ ਫਿਰ ਤੁਸੀਂ 1.5 ਕਿਲੋ ਸਵੇਰੇ ਦੁੱਧ ਦੇ ਦਿਉ, 1.5 ਕਿਲੋ ਸ਼ਾਮ ਨੂੰ ਦੇ ਦਿਉ। ਜਿਹੜਾ ਕਾਫ ਸਟਾਰਟਰ ਉਹ ਹਮੇਸ਼ਾ ਦਿੰਦੇ ਰਹੋ, ਪਾਣੀ ਹਮੇਸ਼ਾ ਕੋਲ ਰਹਿਣਾ ਚਾਹੀਦਾ। ਜਦੋਂ 31 ਤੋਂ 60 ਦਿਨਾਂ ਦਾ ਹੋ ਜੇ ਤਾਂ ਫਿਰ 1 ਕਿਲੋ ਦੁੱਧ ਸਵੇਰੇ ਅਤੇ 1 ਕਿਲੋ ਸ਼ਾਮ ਨੂੰ, ਕਾਫ ਸਟਾਰਟਰ ਹਰ ਵੇਲੇ ਹੋ ਰਹੇ। ਅਤੇ 7-8 ਹਫ਼ਤੇ ਤੋਂ ਤੁਸੀਂ ਜਿਹੜਾ ਹੈਗਾ ਗਾ ਖਾਣਾ ਉਹਦਾ ਜਿਹੜਾ ਦਾਣਾ ਚਾਰਾ ਜਿਹੜਾ ਹੋਵੇਗਾ, ਚਾਰਾ ਜੋ ਵੀ ਸਾਈਲੇਜ ਵਗੈਰਾ ਹੈਗਾ ਦੇ ਸਕਦੇ ਹੋ। ਤਾਜ਼ਾ ਪਾਣੀ ਹਮੇਸ਼ਾ ਕੋਲ ਹੋਣਾ ਚਾਹੀਦਾ। ਅਤੇ ਜਿਹੜਾ ਹੈਗਾ 2-6 ਮਹੀਨਿਆਂ ਦੇ ਵਿਚਕਾਰ ਕਾਫ ਗਰੋਅਰ ਦੀ ਥਾਂ ਬੱਚੀਆਂ ਵਾਲਾ ਫੀਡ ਤਕਰੀਬਨ 2 ਕਿਲੋ ਰੋਜ਼ ਚਾਰਾ ਅਤੇ ਪਾਣੀ ਪਹਿਲੇ ਦੀ ਤਰ੍ਹਾਂ ਹਮੇਸ਼ਾ ਦੇਣਾ ਚਾਹੀਦਾ ਗਾ। ਫਿਰ 7 ਤੋਂ ਲੈ ਕੇ 8 ਮਹੀਨੇ ਤੱਕ 2.5 ਕਿਲੋ ਮਹੀਨੇ ਦੀ ਉਮਰ 'ਤੇ ਕਾਫ ਸਟਾਰਟਰ ਦੀ ਥਾਂ ਕਾਫ ਗਰੋਅਰ ਫੀਡ ਸ਼ੁਰੂ ਕਰ ਦਿਉ। ਹਰਾ ਜਾਂ ਸੁੱਕਾ ਚਾਰਾ ਅਤੇ ਪਾਣੀ ਪਹਿਲੇ ਦੀ ਤਰ੍ਹਾਂ ਉਹਨੂੰ ਹਮੇਸ਼ਾ ਦਿੰਦੇ ਰਹੋ। 11 ਮਹੀਨੇ ਤੋਂ ਸੂਣ ਤੋਂ 1 ਮਹੀਨਾ ਤੱਕ ਪਹਿਲਾਂ ਤੱਕ ਕੀ ਦੇਣਾ ਹੈਗਾ, ਬੱਚੀਆਂ ਵਾਲੇ ਫੀਡ ਦੀ ਥਾਂ ਡਰਾਈ ਗਾਵਾਂ ਵਾਲਾ ਫੀਡ, ਜੇ ਚਾਰੇ ਦੀ ਕੁਆਲਿਟੀ ਚੰਗੀ ਹੈ ਤਾਂ ਇਹ ਫੀਡ, 1 ਕਿਲੋ ਜਿਹੜੀ ਹੈਗੀ ਤੁਸੀਂ ਪ੍ਰਤੀ ਦਿਨ ਹੀ ਕਾਫੀ ਹੈ, ਬਹੁਤ ਹੈ, ਇੰਨੀ ਕਿ ਤੁਸੀਂ ਦੇ ਸਕਦੇ। ਦੋਸਤੋ ਇਹ ਜਿਹੜੀ ਸਾਰੀ ਜਾਣਕਾਰੀ ਹੈਗੀ ਹੈ ਕਿ ਆਪਾਂ ਬੱਚੇ ਦੀ ਕੇਅਰ ਨੂੰ ਕਿਵੇਂ ਕਰ ਸਕਦੇ ਹਾਂ ਸੂਣ ਤੋਂ ਬਾਅਦ, ਇਹ ਸਾਰੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਆ। ਜੇਕਰ ਤੁਹਾਨੂੰ ਆਪਣੀ ਵੀਡੀਓ ਇਹ ਗੱਲਾਂ ਚੰਗੀਆਂ ਲੱਗੀਆਂ ਤਾਂ ਪਲੀਜ਼ ਤੁਸੀਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਆਪਣੇ ਕਮੈਂਟ ਦੱਸਿਓ ਵੀ ਹੋਰ ਕੀ ਹੋ ਸਕਦਾ ਹੈਗਾ। ਇੱਕ ਦੂਜੀ ਗੱਲ ਜਿਹੜੀ ਮੇਨ ਹੈਗੀ ਆ ਡੀਵਰਮਿੰਗ ਦੀ, ਵੀ ਉਹ 'ਤੇ ਆਪਾਂ ਮੇਨ ਗੱਲ ਵੀ ਕਰਾਂਗੇ ਵੀ ਡੀਵਰਮਿੰਗ ਜਿਹੜੀ ਹੈਗੀ ਆ ਉਹ ਕਦੋਂ ਤੋਂ ਕਿਵੇਂ ਦੇਣੀ ਚਾਹੀਦੀ ਆ। ਇਹ ਬਹੁਤ ਹੀ ਜ਼ਰੂਰੀ ਆ ਜਿਹੜੀ ਡੀਵਰਮਿੰਗ ਆ, ਅਤੇ ਕਿਉਂਕਿ ਜੇਕਰ ਪੇਟ ਦੇ ਜਿਹੜੇ ਕੀੜੇ ਹੈਗੇ ਆ ਉਹ ਛੇਤੀ ਹਮਲਾ ਕਰਦੇ ਆ, ਜਿਹਦੇ ਕਰਕੇ ਕੀ ਹੁੰਦਾ ਜਿਹੜਾ ਬੱਚੇ ਦਾ ਵਿਕਾਸ ਹੈਗਾ ਉਹ ਰੁਕ ਜਾਂਦਾ ਹੈਗਾ। ਇਹ 'ਤੇ ਆਪਾਂ ਇੱਕ ਅਲੱਗ ਗੱਲ ਕਰਾਂਗੇ, ਠੀਕ ਆ। ਫਿਲਹਾਲ ਤੁਸੀਂ ਆਪਣੀ ਵੀਡੀਓ ਜੇ ਚੰਗੀ ਲੱਗਦੀ ਆ ਤਾਂ ਕਮੈਂਟ ਜ਼ਰੂਰ ਕਰਿਓ, ਅਤੇ ਆਪਾਂ ਉਹ 'ਤੇ ਵੀ ਗੱਲ ਕਰਾਂਗੇ ਵੀ ਕਿੰਨੇ ਮਹੀਨਿਆਂ ਤੋਂ ਕਿੰਨੀ ਜਿਹੜੀ ਹੈਗੀ ਆਪਣੀ ਵੈਕਸੀਨ ਵਗੈਰਾ ਹੈਗੀ ਆ ਉਹਦੀ ਵੀ ਗੱਲ ਕਰਾਂਗੇ। ਤਾਂ ਤੁਸੀਂ ਸਾਡੇ ਚੈਨਲ ਨਾਲ ਬਣੇ ਰਹੋ, ਅਤੇ ਥੈਂਕ ਯੂ, ਸ਼ੁਕਰੀਆ।